ਭਾਈ ਕਨਈਆ ਜੀ ਨੂੰ ਫਾਲੋ ਕਰਦੇ ਨੇ। 1648 ਵਿੱਚ ਭਾਈ ਕਨਈਆ ਜੀ ਪੈਦਾ ਹੁੰਦੇ ਨੇ, 1718 ਦੇ ਵਿੱਚ ਯਾਨੀ ਕਿ 70 ਸਾਲ ਦੀ ਉਮਰ ਦੇ ਵਿੱਚ ਦੁਨੀਆ ਤੋਂ ਚਲੇ ਜਾਂਦੇ ਨੇ। ਇੱਜ਼ਤ ਕਿਸ ਵੇਲੇ ਮਿਲਦੀ ਹੈ, ਮੁਕਾਮ ਕਿਸ ਵੇਲੇ ਮਿਲਦਾ, ਜਦੋਂ ਇਹ ਗੁਰੂ ਤੇਗ ਬਹਾਦਰ ਜੀ ਕੋਲ ਹਾਜ਼ਰ ਹੁੰਦੇ ਨੇ ਔਰ ਪਹਲ ਲੈ ਕੇ, ਯਾਨੀ ਕਿ ਖੱਤਰੀ ਘਰਾਣੇ ਵਿੱਚ ਪੈਦਾ ਹੁੰਦੇ ਨੇ, ਪਹਲ ਲੈ ਕੇ ਫਿਰ ਉਸ ਵੇਲੇ ਸਿੱਖ ਬਣਦੇ ਨੇ ਔਰ